ਡਾਕਟਰ ਲਖਵੀਰ ਸਿੰਘ ਦੀ ਅਸੀਂ ਗੱਲ ਕਰੀਏ, ਕਿਉਂਕਿ ਉਹਨਾਂ ਨੇ ਚਾਅ ਚਾਅ ਦੇ ਨਾਲ ਨਵੇਂ ਸੂਟ ਬੂਟ ਪਹਿਣ ਕੇ ਅਤੇ ਜਦੋਂ ਚੰਡੀਗੜ੍ਹ ਪਹੁੰਚਦੇ ਆ ਅਤੇ ਦਰਾਂ 'ਚ ਹੀ ਮੁੜ ਦਿੱਤਾ ਜਾਂਦਾ ਕਿ ਨਹੀਂ ਉਹਨਾਂ ਦੀ ਜੁਆਇਨਿੰਗ ਨਹੀਂ ਹੋ ਰਹੀ ਆਪ 'ਚ, ਕਿਉਂਕਿ ਰੌਲਾ ਬਹੁਤ ਪੈ ਗਿਆ ਸੀ ਆਪਣੇ ਆਪ ਨੂੰ ਧਾਕੜ ਹੀ ਇੰਨਾ ਦੱਸ ਬੈਠੇ ਕਿ ਉਹ ਧਾਕੜ ਵਾਲਾ ਜਿਹੜਾ ਉਹ ਇੱਕ ਚਿਹਰਾ ਸੀ ਉਸ ਦੀ ਹਵਾ ਨਿਕਲ ਗਈ ਉਸ ਵੇਲੇ, ਪਰ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ, ਤਕੜੀ ਹੱਥ 'ਚ ਲੈ ਲਈ ਉਹਨਾਂ ਨੇ। ਇਹ ਵੀ ਇੱਕ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਡਾਕਟਰ ਲਖਵੀਰ ਸਿੰਘ ਦੇ ਮਨ 'ਚ ਚੱਲ ਕੀ ਰਿਹਾ ਹੋਵੇਗਾ MP ਬਣਨ ਦੇ ਲਈ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਕਿ ਉਹਨੇ ਕਿੰਨੇ ਪਾਪੜ ਵੇਲੇ ਹੋਣੇ, ਉਹ ਸਿਆਸਤ ਦੇ ਕਿੰਨੇ ਭੁੱਖੇ ਨੇ, ਉਹ ਕੁਰਸੀ ਦੇ ਕਿੰਨੇ ਭੁੱਖੇ ਨੇ, ਉਹ MP ਬਣਨ ਦੇ ਕਿੰਨੇ ਭੁੱਖੇ ਨੇ। ਜਿਹੜਾ ਧਾਕੜ ਅਫਸਰ ਹੁੰਦਾ ਨਾ, ਉਹਦੇ ਪਿੱਛੇ ਲੋਕ ਭੱਜਦੇ ਨੇ। ਉਹ ਪਹਿਲਾ ਧਾਕੜ ਅਫਸਰ ਆ ਜਿਹੜਾ ਦਰ ਦਰ ਦੀਆਂ ਠੋਕਰਾਂ ਖਾ ਰਿਹਾ। ਪਹਿਲਾਂ ਤਾਂ ਬੜਾ ਸੂੜ ਬੂੜ ਤਿਆਰ ਹੋ ਕੇ ਨਵਾਂ ਪਾ ਕੇ 10-12 ਗੱਡੀਆਂ ਲਿਆਂਦੀਆਂ ਅਤੇ ਭਗਵੰਤ ਮਾਨ ਸਾਹਿਬ ਨੂੰ ਮਿਲਣ ਆ ਗਏ ਕਿ ਮੈਨੂੰ ਸ਼ਾਮਿਲ ਕਰ ਲਓ, ਅਤੇ ਕਹਿੰਦੇ ਨੇ CM ਆਫਿਸ ਨੇ ਆਪਣੇ ਦਰਵਾਜ਼ੇ ਨਹੀਂ ਖੋਲ੍ਹੇ ਹੋਗੇ। ਉੱਦਣ ਹੀ ਉਹ ਵਿਚਾਰਿਆਂ ਦੀ ਸਿਆਸੀ ਤੌਰ 'ਤੇ ਪਹਿਲੀ ਇੰਸਲਟ ਹੋ ਗਈ। ਭਗਵੰਤ ਮਾਨ ਸਾਹਿਬ ਜੋ ਸਾਡੇ ਜਾਣਕਾਰ ਦਾ ਦੇ ਕੋਈ ਸ਼ਾਮਿਲ ਨਹੀਂ ਕਰਾਉਣਾ ਚਾਹੁੰਦੇ, ਦਿੱਲੀ ਵਾਲੇ ਕਰਾਉਣਾ ਚਾਹੁੰਦੇ ਸੀ, ਲੇਕਿਨ ਸਵਾਲ ਹੈ ਕਿ ਭਗਵੰਤ ਮਾਨ ਸਾਹਿਬ ਦੀ ਹੀ ਚੱਲਣੀ ਸੀ, ਉਹਨਾਂ ਦੀ ਪਸੰਦ ਹੋਣਾ ਚਾਹੀਦਾ ਨਾ। ਇਹ ਤਾਂ ਨਹੀਂ ਕਿ ਦਿੱਲੀ ਵਾਲਿਆਂ ਦੀ ਪਸੰਦ ਹੋਈ, ਇਸ ਕਰਕੇ ਉਹਨਾਂ ਨੇ ਦਰਵਾਜ਼ੇ ਨਹੀਂ ਖੋਲ੍ਹੇ ਉਦਨ CM ਆਫਿਸ 'ਚ। ਉਹਨਾਂ ਨੂੰ ਵਿਚਾਰੇ ਜਿਹੜੇ ਪੈਰੀ ਆਏ ਉਹਨੇ ਪੈਰੀ ਮੁੜਨਾ ਪਿਆ ਹੈਗਾ, ਜਾਂ ਕਹਿੰਦੇ ਹੁੰਦੇ ਨਾ ਕਿ ਨਹਾਤੀ ਧੋਤੀ ਰਹਿ ਗਈ ਅਤੇ ਪਿੰਡੇ 'ਤੇ ਮੱਖੀ ਬਹਿ ਗਈ, ਉਹ ਹਿਸਾਬ ਹੋਇਆ ਸੀ ਡਾਕਟਰ ਲਖਵੀਰ ਸਿੰਘ ਦਾ। ਉਹ ਉਹਨਾਂ ਨੇ ਆਪਣੇ ਆਪ ਨੂੰ ਇੰਸਲਟ ਵੀ ਮੰਨੀ ਹੋਗੀ, ਔਰ 4 ਸਾਲ ਦੀ ਹਲੇ ਨੌਕਰੀ ਪਈ ਹੈਗੀ ਆ, ਅਤੇ ਨਾਲੇ ਉਹ ਕਹਿੰਦੇ ਕਿ ਪਿਛਲੀਆਂ ਸਰਕਾਰਾਂ ਨੇ ਕੰਮ ਨਹੀਂ ਕਰਨ ਦਿੱਤਾ, ਅਤੇ ਪਿਛਲੀ ਸਰਕਾਰ 'ਤੇ ਮੰਨ ਕੇ ਚੱਲਦੇ ਕਿ ਅਕਾਲੀ ਦਲ ਦੀ 1997 ਤੋਂ ਲੈ ਕੇ 2002 ਤੱਕ, 2007 ਤੋਂ ਲੈ ਕੇ 2017 ਤੱਕ, ਅਤੇ ਫਿਰ ਅਕਾਲੀ ਦਲ 'ਚ ਕਿਉਂ ਸ਼ਾਮਿਲ ਹੋ ਗਏ, ਫਿਰ ਕਾਂਗਰਸ ਪਾਰਟੀ 'ਚ ਵੀ ਤੁਸੀਂ ਭੱਜਦੇ ਫਿਰਦੇ ਰਹੇ ਨੇ। ਮਤਲਬ ਇਸ ਬੰਦੇ ਦਾ ਦੇਖੋ ਕਿ ਆਪੇ ਮੈਂ ਧਾਕੜ ਬਣ ਗਿਆ, ਲੋਕ ਕਹਿਣ ਧਾਕੜ ਆ, ਔਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਐਡੇ ਧਾਕੜ ਅਫਸਰ ਹੈ ਵੀ ਨਹੀਂ ਆ ਵੀ ਜਿਹਨਾਂ ਨੂੰ ਕਹਿੰਦੇ ਕਿ ਬੱਲੇ ਬੱਲੇ ਇਹਦੇ ਨਾਲ, ਇਹਨਾਂ ਕਹਿ ਸਕਦੇ ਕਿ ਇਹ ਬੰਦੇ ਬੜਾ ਵਧੀਆ ਕੰਮ ਕਰਦੇ ਨੇ, ਉਹ ਆਪੇ ਧਾਕੜ ਬਣ ਗਿਆ। ਕੁੰਵਰ ਵਿਜੇ ਪ੍ਰਤਾਪ ਹੋਣਾ ਕਦੀ ਆਪਣੇ ਆਪ ਨੂੰ ਧਾਕੜ ਨਹੀਂ ਕਿਹਾ, ਕ੍ਰਿਸ਼ਨ ਕੁਮਾਰ ਹੋਣਾ ਆਪਣੇ ਆਪ ਨੂੰ ਕਦੀ ਧਾਕੜ ਨਹੀਂ ਕਿਹਾ, ਹੋਰ ਵੀ ਬਹੁਤ ਸਾਰੇ IPS ਆਫਿਸਰ IAS ਆਫਿਸਰ ਜਿਹਨਾਂ ਨੇ ਬੜੇ ਵਧੀਆ ਕੰਮ ਕੀਤੇ ਨੇ, ਅਤੇ ਇੱਕ ਡਾਕਟਰ ਆਪਣੇ ਆਪ ਨੂੰ ਧਾਕੜ ਦੱਸੀ ਜਾ ਰਿਹਾ। ਇੱਥੇ ਤਾਂ ਇੱਕ ਮੈਂ ਡਾਕਟਰ ਅੰਮ੍ਰਿਤਸਰ ਹੁੰਦੇ ਸੀ, ਨੇਕੀ ਨੇਕੀ ਡਾਕਟਰ ਸੀ, ਉਹਦੇ ਕਮਰੇ 'ਚ ਕੂਲਰ ਲੱਗਾ ਹੁੰਦਾ ਸੀ, ਉਹ ਕੂਲਰ ਦਾ ਮੂੰਹ ਦੂਜੇ ਮਰੀਜ਼ਾਂ ਵੱਲ ਕਰ ਦਿੰਦੇ ਹੁੰਦੇ ਸੀ, ਉਹਨਾਂ 'ਤੇ ਨਹੀਂ ਕਦੀ ਗਿਆ ਮੈਂ ਧਾਕੜ। ਇਹ ਪਹਿਲਾਂ ਹੀ ਵੀ ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀ ਨਾ, ਪਰ ਉਹ ਇੱਕ ਭੁੱਖ ਨਹੀਂ ਹੁੰਦੀ ਕਿ ਮੈਂ MP ਬਣਨਾ ਚਾਹੁੰਦਾ ਹੈਗਾ, ਮੈਂ ਸੈਂਟਰ 'ਚ ਵਜ਼ੀਰ ਬਣਨਾ ਚਾਹੁੰਦਾ, ਉਹ ਭੁੱਖ ਬੋਲਦੀ ਆ ਬੰਦੇ ਦੀ। ਇੱਕ ਗੱਲ ਹੋਰ ਦੀ ਚਰਚਾ ਹੋ ਰਹੀ ਨਾ ਅੱਜ ਕੱਲ੍ਹ ਵੀ, ਜਦੋਂ ਤਾਂ ਕਹਿੰਦਾ ਸੀ ਕਿ ਮੈਨੂੰ ਕੰਮ ਕਰਨ ਦਿੱਤਾ ਗਿਆ ਉਦੋਂ ਨੌਕਰੀ ਛੱਡਦੇ ਆ, ਔਰ ਜਦੋਂ ਨਹੀਂ ਕਰਨ ਦਿੱਤਾ ਗਿਆ ਔਰ ਜਿਨ੍ਹਾਂ ਦੀ ਸਰਕਾਰ ਰਹੀ ਹੈ ਉਹਨਾਂ ਦੇ ਨਾਲ ਸ਼ਾਮਲ ਹੋ ਗਏ, ਕਹਿੰਦੇ ਫਿਰ ਇਹ ਸਮਝ ਜੀ ਨਹੀਂ ਆ ਰਹੀ ਗੱਲਬਾਤ, ਕਿ ਸੋਚਿਆ ਕੀ ਹੈ ਡਾਕਟਰ ਲਖਵੀਰ ਨੇ। ਬਸ ਇਹੋ ਹੀ ਸਵਾਲ ਹੈ ਕਿ ਇਹ ਇਹੋ ਜਿਹੇ ਬੰਦੇ ਕੀ ਕਰਨਗੇ ਜਿਨ੍ਹਾਂ ਦਾ ਵਿਜ਼ਨ ਨਹੀਂ ਕਲੀਅਰ ਹੈਗਾ, ਜਿਹੜਾ ਆਏ ਤੇ ਆਮ ਆਦਮੀ ਪਾਰਟੀ ਦੀ ਸਵਾਰੀ ਕਰਨਾ ਚਾਹੁੰਦੇ ਸੀ, ਹੱਥਾਂ 'ਚ ਝਾੜੂ ਫੜਨਾ ਚਾਹੁੰਦੇ, ਹੁਣ ਤੱਕੜੀ 'ਚ ਤੁਲ ਗਏ ਹੈਗੇ ਨੇ। ਹੁਣ ਇਹ ਆ ਕਿ ਕਰਨਾ ਕੀ ਚਾਹੁੰਦੇ ਨੇ, ਜਿਨ੍ਹਾਂ ਨੇ ਆਪਣੀ ਸਰਵਿਸ ਦੇ, ਪਹਿਲਾਂ ਤਾਂ ਕਹਿੰਦੇ ਮੈਨੂੰ ਪਿਛਲੀਆਂ ਸਰਕਾਰਾਂ ਨੇ ਕੰਮ ਨਹੀਂ ਕਰ ਦਿੱਤਾ, ਅਤੇ ਜੇ ਕੰਮ ਨਹੀਂ ਕਰਦੇ ਤਾਂ ਉਦੋਂ ਨੌਕਰੀ ਛੱਡ ਦੇ, ਅਤੇ ਜੇ ਹੁਣ ਭਗਵੰਤ ਮਾਨ ਸਾਹਿਬ ਤੈਨੂੰ ਕੰਮ ਕਰਦੇ ਰਹੇ ਫਿਰ ਹੁਣ ਕਿਉਂ ਛੱਡ ਰਹੇ ਨੇ। ਇਹਦਾ ਮਤਲਬ ਕਿ ਬੰਦਾ ਸਿਆਸੀ ਤੌਰ 'ਤੇ ਬਹੁਤ ਭੁੱਖਾ, ਉਹਦੇ ਠੀਕ ਆ ਹਰ ਇੱਕ ਦੇ ਜਿਹੜੇ ਮਨਸੂਬੇ ਕਾਮਯਾਬ ਨਹੀਂ ਹੁੰਦੇ, ਲੇਕਿਨ ਵਿਜ਼ਨ ਉਹਦਾ ਵੱਡਾ ਹੈਗਾ ਕਿ ਮੈਂ MP ਸ਼ਾਇਦ ਬਣ ਵੀ ਜਾਵੇ, ਉਹ ਰੱਬ ਇੱਕ ਕਿਸਮਤ ਵੀ ਤੈਅ ਕਰੇ। ਹੋ ਸਕਦਾ ਕਿ ਬੰਦਾ ਬਹੁਤ ਇਮਾਨਦਾਰ ਹੋਵੇ, ਆਪਾਂ ਉਹਦੀ ਇਮਾਨਦਾਰੀ ਅਤੇ ਕਾਬਲੀਅਤ 'ਤੇ ਸ਼ੱਕ ਨਹੀਂ ਕਰਦੇ, ਅਸੀਂ ਉਹਦੀ ਡਰਾਮੇਬਾਜ਼ੀ 'ਤੇ ਸ਼ੱਕ ਆ ਸਾਨੂੰ ਕਿ ਡਰਾਮੇਬਾਜ਼ੀ ਕਾਹਦਾ। ਕਿਹੜਾ ਯਾਰ ਅਫਸਰ, ਕਲਾਸ 1 ਅਫਸਰ ਸਵੇਰੇ ਉੱਠ ਕੇ ਅੱਖਾਂ 'ਚੋਂ ਗੇਡ ਨਹੀਂ ਕਰਦੇ ਅਤੇ ਨਾਲ ਕੈਮਰੇ ਲੈ ਕੇ ਚੱਲਦਾ ਹੈਗਾ, ਆਪੇ ਦੱਸਦਾ ਕਿ ਅੱਜ ਮੈਂ ਛਾਪਾ ਭਰਨ ਆ ਜਾਓ, ਅਤੇ ਜਿਹੜੇ ਹੁਣ ਤੱਕ ਤੁਸੀਂ ਛਾਪੇ ਮਾਰੇ ਪੰਜਾਬ ਦੀ ਜਨਤਾ ਨੂੰ ਦੱਸੋ ਨਾ ਕਿ ਉਹਦਾ ਰਿਜ਼ਲਟ ਕੀ ਨਿਕਲਿਆ ਹੈਗਾ, ਕਿ ਵੱਡੇ ਕਿਸੇ ਲੈਂਡ ਲੋਰਡ ਵੱਡੇ ਰੈਸਟੋਰੈਂਟ ਜਿਹਦੇ ਇੱਕ ਦਿਨ ਦੇ ਵਿੱਚ 5-5 ਲੱਖ ਰੁਪਏ ਦੀ ਬਿਲਿੰਗ ਹੈ, ਕਦੀ ਉਹਦੇ ਛਾਪੇ ਮਾਰੇ ਹੈਗੇ ਨੇ? ਅਤੇ ਜਿਹਦੇ ਵੀ ਮਾਰੇ ਨੇ ਕੀ ਉਹ ਰਿਪੋਰਟ ਦਿਓ
ਹੁਸ਼ਿਆਰਪੁਰ ਦੀ ਜਨਤਾ ਨੂੰ ਰਿਪੋਰਟ ਦਿਓ ਕਿ ਆਹ ਦੇਖੋ ਮੈਂ ਛਾਪੇ ਮਾਰੇ, ਫਿਰ ਸਰਕਾਰ ਨੇ ਨਹੀਂ ਕੰਮ ਕਰ ਦਿੱਤਾ। ਕਹਿੰਦੇ ਇੱਕ ਪਿੱਛੇ ਜੇ ਜਦੋਂ ਉਹਨੂੰ ਮੌਕਾ ਮਿਲਿਆ ਕਿਸੇ ਜਲੰਧਰ ਦੇ ਕਿਸੇ ਵੱਡੇ ਜਿਹੜਾ ਕਿਸੇ ਦੇ ਘਰ ਮਾਰਿਆ ਗਏ ਛਾਪੇ, ਪਰ ਉਸ ਤੋਂ ਬਾਅਦ ਕਾਰਵਾਈ ਨਹੀਂ ਹੋਈ, ਫਿਰ ਸਰਕਾਰ ਨੇ ਰੋਕ ਲਈ ਹੋਈ ਨਾ। ਇਮਾਨਦਾਰ ਹੋ ਸਕਦਾ, ਮਿਹਨਤੀ ਹੋ ਸਕਦਾ, ਕਾਬਲੀਅਤ ਵਧੀਆ ਉਸ ਦੀ, ਪਰ ਡਰਾਮੇਬਾਜ਼ੀ 'ਤੇ ਜਨਤਾ ਨੂੰ ਸ਼ੱਕ ਆ ਗਿਆ। ਡਰਾਮੇਬਾਜ਼ੀ ਇਸੇ ਕਰਕੇ ਰੱਖੀ ਗਈ ਹੈ, ਜਿਵੇਂ ਇੱਕ ਲੁਧਿਆਣੇ ਤੋਂ ਵੀ ਉਹ ਬੰਦਾ ਪੁੱਛ ਰਿਹਾ ਗਾ, ਇੱਕ ਐਨ ਜੀ ਓ ਦੇ ਤੌਰ 'ਤੇ ਸੇਵਾ ਕੀਤੀ ਲੋਕਾਂ ਦੀ, ਕਿਉਂਕਿ ਅੱਜ ਕੱਲ੍ਹ ਐਨ ਜੀ ਓ ਦੇ ਵਿੱਚ ਬਹੁਤ ਸਾਰੇ ਪੈਸੇ ਆ ਜਾਂਦੇ ਨੇ, ਉੱਥੇ ਵੀ ਬੰਦਾ ਇਮਾਨਦਾਰ ਚਾਹੀਦਾ ਗਾ, ਬੰਦੇ ਦੀ ਇਮਾਨਦਾਰੀ 'ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ। ਪਰ ਉਹ ਵੀ ਫੇਮ ਭਾਲਦੇ ਨੇ ਕਿ ਮੈਨੂੰ ਮੈਂਬਰ ਪਾਰਲੀਮੈਂਟ ਬਣਨਾ ਚਾਹੀਦਾ, ਉਸ ਲੋਕਾਂ ਕੋਲ ਸੁਨੇਹੇ ਲੈ ਰਹੇ ਨੇ ਕਿ ਮੈਨੂੰ ਦੱਸੋ ਕਿਹੜੀ ਪਾਰਟੀ ਜੁਆਇਨ ਕਰਨੀ ਚਾਹੀਦੀ ਹੈ। ਹਾਲਾਂਕਿ ਚਰਚਾ ਲੁਧਿਆਣੇ ਤੋਂ ਆਮ ਆਦਮੀ ਪਾਰਟੀ ਵੀ ਹੋ ਸਕਦੀ ਆ, ਬੀਜੇਪੀ ਪ੍ਰਤੀ ਵੀ ਸੌਫਟ ਕਾਰਨਰ। ਹੁਣ ਲੋਕਾਂ ਨੂੰ ਲੱਗਾ ਕਿ 2022 ਤੋਂ ਬਾਅਦ ਕਿ ਸਿਆਸਤ ਦੇ ਵਿੱਚ ਆਉਣਾ ਬੜਾ ਸੌਖਾ, ਕਿਉਂਕਿ ਅਕਾਲੀ ਦਲ ਦੇ ਵਿੱਚ ਵੀ ਪੀੜ੍ਹੀ ਦਰ ਪੀੜ੍ਹੀ ਚੱਲਦੇ ਰਹੇ ਨੇ, ਕਾਂਗਰਸ ਦੇ ਵਿੱਚ ਵੀ ਪੀੜ੍ਹੀ ਦਰ ਪੀੜ੍ਹੀ ਚੱਲਦੇ ਰਹੇ। ਆਮ ਆਦਮੀ ਪਾਰਟੀ ਦੇ ਆਉਣ ਨਾਲ ਹਰ ਇੱਕ ਨੂੰ ਲੱਗਾ ਕਿ ਅਸੀਂ ਵੀ MLA, ਅਸੀਂ ਵੀ ਮੰਤਰੀ, ਅਸੀਂ ਵੀ ਮੁੱਖ ਮੰਤਰੀ ਬਣ ਸਕਦੇ। ਇਸ ਕਰਕੇ ਕਈਆਂ ਨੇ ਸਰਵਿਸ ਦੇ ਜ਼ਰੀਏ ਡਰਾਮੇ ਕਰਨੇ ਸ਼ੁਰੂ ਕਰ ਦਿੱਤੇ, ਕਈਆਂ ਨੇ NGO ਦੇ ਜ਼ਰੀਏ ਡਰਾਮੇ ਸ਼ੁਰੂ ਕਰ ਦਿੱਤੇ ਹੈਗੇ ਨੇ। ਇਸ ਕਰਕੇ ਹਰ ਇੱਕ ਨੂੰ ਕਿ ਮੈਂ ਕਿਉਂ ਨਹੀਂ ਮੈਂਬਰ ਪਾਰਲੀਮੈਂਟ ਬਣ ਸਕਦਾ, ਮੈਂ ਕਿਉਂ ਨਹੀਂ MLA ਬਣ ਸਕਦਾ। ਇਹ ਕਿਸਮਤ ਆ, ਸਿਆਣੇ ਕਹਿੰਦੇ ਕਿ ਤੁਹਾਡੇ ਜੇ ਪਿੱਛੇ ਤੁਸੀਂ ਕੋਈ ਤਪ ਕੀਤਾ ਨਾ, ਕੋਈ ਚੰਗੀ ਸੇਵਾ ਕੀਤੀ ਆ, ਤੇ ਫਿਰ ਤੁਹਾਨੂੰ ਕੋਈ MLA ਬਣਨ ਤੋਂ ਰੋਕ ਨਹੀਂ ਸਕਦਾ, ਤੁਹਾਨੂੰ ਕੋਈ MP ਬਣਨ ਤੋਂ ਰੋਕ ਨਹੀਂ ਸਕਦਾ, ਤੁਹਾਨੂੰ ਕੋਈ ਮੰਤਰੀ ਬਣਨ ਤੋਂ ਨਹੀਂ ਰੋਕ ਸਕਦਾ, ਤੁਹਾਨੂੰ ਕੋਈ ਮੁੱਖ ਮੰਤਰੀ ਬਣਨ ਤੋਂ ਨਹੀਂ ਰੋਕ ਸਕਦਾ, ਤੇ ਤੁਹਾਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਤੋਂ ਕੋਈ ਰੋਕ ਨਹੀਂ ਸਕਦਾ। ਡਾਕਟਰ ਮਨਮੋਹਨ ਸਿੰਘ ਨੇ ਕਦੀ ਸੁਪਨਾ ਨਹੀਂ ਲਿਆ ਸੀ ਕਿ ਉਹ ਐਕਸੀਡੈਂਟਲ ਦੇਸ਼ ਦੇ ਫਾਈਨਾਂਸ ਮਿਨਿਸਟਰ ਬਣਨਗੇ ਤੇ ਐਕਸੀਡੈਂਟਲ ਉਹ ਪ੍ਰਾਈਮ ਮਿਨਿਸਟਰ ਬਣਨਗੇ। ਕਈਆਂ ਨੇ ਸੁਪਨੇ ਲਏ, ਸੋਨੀਆ ਗਾਂਧੀ ਨੇ ਸੁਪਨਾ ਲਿਆ ਸੀ, ਰਾਹੁਲ ਗਾਂਧੀ ਨੇ ਸੁਪਨਾ ਲਿਆ ਸੀ, ਲੇਕਿਨ ਦੋ ਵਾਰਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਬਣ ਗਈ। ਸ਼੍ਰੀ ਅਟਲ ਬਿਹਾਰੀ ਵਾਜਪੇਈ ਤੋਂ ਬਾਅਦ ਦੋ ਦਫਾ ਲਾਲ ਕ੍ਰਿਸ਼ਨ ਅਡਵਾਨੀ, ਜਿਨ੍ਹਾਂ ਨੇ ਬਾਬਰੀ ਮਸਜਿਦ ਢਾਉਣ ਦੇ ਵਿੱਚ ਸਭ ਤੋਂ ਵੱਡਾ ਉਹਨਾਂ ਦਾ ਯੋਗਦਾਨ ਰਿਹਾ ਸੀ, ਕੱਟੜ ਹਿੰਦੂਵਾਦੂ ਨੇ, ਹਿੰਦੂਵਾਦੀ ਨੇਤਾ, ਉਹਨਾਂ ਨੇ ਪ੍ਰਾਈਮ ਮਿਨਿਸਟਰ ਦੋ ਵਾਰਾਂ ਸੁਪਨਾ ਲਿਆ ਲੇਕਿਨ ਨਹੀਂ ਪੂਰਾ ਆ, ਅਤੇ ਗੁਜਰਾਤ ਤੋਂ ਉੱਠ ਕੇ ਨਰਿੰਦਰ ਮੋਦੀ ਸਾਹਿਬ ਨੂੰ ਅਡਵਾਨੀ ਸਾਹਿਬ ਲੈ ਕੇ ਆਏ ਨੇ, ਉਹ ਦੋ ਵਾਰਾਂ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ। ਇਹ ਪੰਜਾਬ ਦੀ CM ਦੀ ਕੁਰਸੀ ਵੀ ਇਸੇ ਤਰ੍ਹਾਂ ਰਹੀ ਹੈ। ਹਾਂ, 10 ਕੁ ਸਾਲ ਦੀ ਸਿਆਸਤ ਚਰਜੀ ਚੰਨੀ ਦੀ ਸੀ, ਮੁੱਖ ਮੰਤਰੀ ਬਣ ਗਏ, 10 ਕੁ ਸਾਲ ਦੀ ਸਿਆਸਤ ਭਗਵੰਤ ਮਾਨ ਦੀ ਸੀ, ਉਹ ਮੁੱਖ ਮੰਤਰੀ ਬਣ ਗਏ ਨੇ। ਇਹ ਸਿਆਣੇ ਕਹਿੰਦੇ ਨੇ ਕਿ ਜਿਨ੍ਹਾਂ ਨੇ ਤਪ ਕੀਤਾ ਹੁੰਦਾ ਨਾ ਪਿਛਲੇ ਕਰਮਾਂ 'ਚ, ਕੁਰਸੀਆਂ ਉਹਨਾਂ ਨੂੰ ਨਸੀਬ ਹੁੰਦੀਆਂ। ਮਨੋਹਰ ਸਿੰਘ ਖੱਟੜ ਨਾ ਕਦੀ ਪਿੰਡ ਦਾ ਪੰਚ, ਨਾ ਸਰਪੰਚ, ਨਾ ਜ਼ਿਲ੍ਹਾ ਪਰਿਸ਼ਦ ਮੈਂਬਰ, ਨਾ ਬਲਾਕ ਸਮਿਤੀ ਮੈਂਬਰ, ਨਾ MLA, ਪਹਿਲੀ ਵਾਰ MLA ਬਣਦੇ ਨੇ, ਕਰਨਾਲ ਦੇ ਵਿੱਚ ਕਾਲੇ ਝੰਡਿਆਂ ਲਾ ਕੇ ਵਿਰੋਧ ਕੀਤਾ ਜਾਂਦਾ, ਉਸੇ ਸੂਬੇ ਤੋਂ ਮੁੱਖ ਮੰਤਰੀ ਬਣ ਜਾਂਦੇ ਨੇ। ਇਸ ਕਰਕੇ ਜਿਹੜੇ ਡਾਕਟਰ ਲਖਬੀਰ ਸਿੰਘ ਜਾਂ ਹੋਰ ਜਿਹੜੇ NGO ਚਲਾਉਣ ਵਾਲੇ ਟਿਕਟਾਂ ਭਾਲਦੇ ਨੇ MP, ਜੇ ਉਹਨਾਂ ਦੀ ਕਿਸਮਤ ਦੇ ਵਿੱਚ MP ਹੋਇਆ, ਉਹ ਕੋਈ ਨਹੀਂ ਰੋਕ ਸਕਦਾ। ਲੇਕਿਨ ਡਰਾਮੇਬਾਜ਼ੀ ਨੇ, ਹੋਰ ਵੀ ਬਹੁਤ ਲੋਕ ਸੇਵਾ ਕਰਦੇ ਹੈਗੇ ਨੇ, ਪਰ ਆਹ ਜਿਹੜਾ ਕਿ ਪਹਿਲਾਂ ਵਿਚਾਰੇ ਆਮ ਆਦਮੀ ਪਾਰਟੀ ਦੇ ਘਰ ਗਿਆ ਕੁੰਡਾ ਖੜਕਾਇਆ, ਉਹਨਾਂ ਕੁੰਡਾ ਨਹੀਂ ਖੋਲਿਆ, ਅਤੇ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਕੁੰਡਾ ਖੜਕਾਇਆ ਅਤੇ ਉਹਨਾਂ ਕੁੰਡਾ ਖੋਲ ਲਿਆ। ਪਰ ਜੇ ਗੱਠਜੋੜ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਅਤੇ BJP ਦਾ, ਫਿਰ ਉੱਥੋਂ ਦੇ ਹੁਸ਼ਿਆਰਪੁਰ ਦੇ BJP ਕੋਟੇ ਦੀ ਸੀਟ ਆ, ਫਿਰ ਡਾਕਟਰ ਲਖਬੀਰ ਸਿੰਘ ਕਿੱਥੇ ਜਾਣਗੇ? ਇਹ ਇੱਕ ਚਰਚਾ ਦਾ ਵਿਸ਼ਾ, ਪਰ ਅੱਜ ਉਹਨਾਂ ਨੇ ਜ਼ਰੂਰ ਸੁਖਬੀਰ ਸਿੰਘ ਬਾਦਲ ਕੋਲੋਂ ਸਰੋਪਾ ਪਾ ਲਿਆ।